Hello guys, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਟੂ ਅਨਦਰ ਵਲੌਗ ਵਿਦ ਚਿਰਾਗ ਗਰੋਵਰ ਸੋ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਨੈਕਸਟ ਵਲੌਗ ਅੱਜ ਹੈਗਾ ਟਿਊਸਡੇ ਵੈਰੀ ਬੋਰਿੰਗ ਡੇ ਕੋਈ ਕੰਮ ਨਹੀਂ ਹੈਗਾ ਸੋ ਅੱਜ ਆਪਾਂ ਜਾਵਾਂਗੇ ਐਪਲ ਸਟੋਰ ਮੇਰੇ ਫਰੈਂਡ ਦਾ 11 ਪ੍ਰੋ ਮੈਕਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਹੈਂਗ ਹੋ ਰਿਹਾ ਉਹ ਚੇਂਜ ਕਰਵਾਉਣਾ ਅਤੇ ਮੇਰੇ ਵੀ ਏਅਰਪੋਰਟ 'ਚ ਪ੍ਰੋਬਲਮ ਆ ਰਹੀ ਉਹ ਵੀ ਚੇਂਜ ਕਰਵਾਉਣੇ ਆ ਤੁਹਾਨੂੰ ਐਪਲ ਸਟੋਰ ਦਿਖਾਵਾਂਗੇ ਗਿਲਫਰ ਟਾਊਨ ਸੈਂਟਰ ਮੋਲ ਦਿਖਾਵਾਂਗੇ ਬਹੁਤ ਘੈਂਟ ਪਲੇਸ ਐਂਡ ਸਭ ਤੋਂ ਪਹਿਲਾਂ ਆਪਾਂ ਖਾਵਾਂਗੇ ਗੋਭੀ ਵਾਲੇ ਪਰੌਂਠੇ ਆਪਾਂ ਚੱਲੇ ਹਾਂ ਅੰਦਰ ਏਅਰਪੋਰਟਸ ਵੇਖਣ ਸੋ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੇ ਦੇ ਪ੍ਰਾਈਸ ਦਾ ਅਤੇ ਇੰਡੀਆ ਦੇ ਪ੍ਰਾਈਸ ਦਾ ਕੀ ਫਰਕ ਹੈਗਾ 11 ਪ੍ਰੋ ਅਤੇ ਪ੍ਰੋ ਮੈਕਸ ਦਾ ਹੁਣ ਮੈਂ ਗਿਆ ਸੀਗਾ ਐਪਲ ਸਟੋਰ ਅਤੇ ਉਹਨਾਂ ਨੇ ਮੈਨੂੰ ਉੱਥੇ ਵੀਡੀਓ ਬਣਾਉਣ ਤੋਂ ਅਲਾਓ ਨਹੀਂ ਕੀਤਾ ਬਿਕੋਜ਼ ਕਰੋਨਾ ਵਾਇਰਸ ਕਰਕੇ ਉਹ ਜ਼ਿਆਦਾ ਟਾਈਮ ਅੰਦਰ ਰਹਿ ਨਹੀਂ ਦੇ ਰਹੇ ਸੀਗੇ ਸੋ ਉਹਨਾਂ ਨੇ ਦੱਸਿਆ ਕਿ ਜਿਹੜਾ ਆਪਣਾ 11 ਪ੍ਰੋ ਮੈਕਸ ਆ ਉਹ ਚੇਂਜ ਹੋ ਜਾਏਗਾ ਸੋ ਵੀ ਹੈਵ ਅਪੁਆਇੰਟਮੈਂਟ ਫੋਰ ਨੈਕਸਟ ਵੀਕ ਸੋ ਦੇ ਵਿਲ ਫਿਕਸ ਇਟ ਆਊਟ ਐਂਡ ਹੁਣ ਮੈਂ ਦੱਸਣਾ ਚਾਹਾਂਗਾ ਕਿ ਇੰਡੀਆ ਨਾਲੋਂ ਕੈਨੇਡਾ ਦੇ ਪ੍ਰਾਈਸ ਦੇ ਵਿੱਚ ਕੀ ਫਰਕ ਹੈ 11 ਪ੍ਰੋ ਮੈਕਸ ਦਾ ਜਿਹੜਾ ਇੱਥੇ 11 ਪ੍ਰੋ ਮੈਕਸ ਹੈਗਾ 64 GB $1500 ਦਾ ਹੋਏਗਾ ਜਿਹੜਾ ਇੰਡੀਆ ਦੇ ਵਿੱਚ 11 ਪ੍ਰੋ ਮੈਕਸ ਹੈਗਾ ਉਹ ਹੈਗਾ 1,12,000 ਦਾ ਤੋ ਅਪਰੋਕਸੀਮੇਟ 35,000 ਦਾ ਫਰਕ ਪੈਂਦਾ ਬਟ ਇੱਥੇ ਪਲੱਸ ਟੈਕਸ ਵੀ ਹੁੰਦੇ ਆ $150 ਹੋਰ ਟੈਕਸ ਵੀ ਪੈ ਜਾਏਗਾ ਆਲਮੋਸਟ ਇਹਨਾਂ ਦੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਜਿਹੜਾ 11 ਪ੍ਰੋ ਦਾ ਫਰਕ ਹੋਏਗਾ ਉਹ 22,000 to 25,000 ਦੇ ਫਰਕ ਹੈਗਾ ਇਸ ਤੋਂ ਜ਼ਿਆਦਾ ਨਹੀਂ ਹੈਗਾ ਆਪਾਂ ਚੱਲੇ ਹਾਂ ਜਿਮ ਐਕਚੁਲੀ ਮੈਂ ਆਪਣਾ ਪਲੈਨ ਰੀਨਿਊ ਕਰਵਾਉਣਾ ਸੀ ਬਿਕੋਜ਼ ਕਰੋਨਾ ਵਾਇਰਸ ਕਰਕੇ ਸਾਰੇ ਜਿਮ ਬੰਦ ਹੋ ਚੁੱਕੇ ਸੀਗੇ ਹੁਣ ਜਿਮ ਸਟਾਰਟ ਹੋ ਗਏ ਆ ਫਿਰ ਹੁਣ ਆਪਾਂ ਦੁਬਾਰਾ ਜਿਮ ਲਾਵਾਂਗੇ ਦੇਖਦੇ ਹਾਂ ਉੱਥੇ ਆਪਾਂ ਨੂੰ ਵੀਡੀਓ ਬਣਾਉਣੀ ਅਲਾਓ ਕਰਦੇ ਨੇ ਕਿ ਨਹੀਂ ਕਰਦੇ ਜੇ ਕਰਦੇ ਆ ਤਾਂ ਤੁਹਾਨੂੰ ਜਿਮ ਦਿਖਾਵਾਂਗੇ ਕਿਵੇਂ ਨਹੀਂ ਉੱਥੇ ਬਹੁਤ ਵਧੀਆ ਜਿਮ ਹੁੰਦੀ ਹੈ 24 hour ਸਰਵਿਸ ਹੈ ਪਲੈਨ ਫਿਟਨੈਸ ਮੇਰੀ ਚਿੰਤਾ ਨਾ
ਚੰਗਾ ਲੱਗਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਲਾਈਕ ਕਮੈਂਟ ਸ਼ੇਅਰ ਕਰਨਾ ਵੀਡੀਓ ਦੇ ਉੱਤੇ, ਅਤੇ ਜੇ ਚੰਗੀ ਲੱਗੀ ਤਾਂ ਕਮੈਂਟ